जिम्मेदार एसवीएल ਦਾ 1 ਨਵੰਬਰ ਨੂੰ ਬਹਿਸ ਦਾ ਸੱਦਾ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੰਦੂ ਮੱਜਰਾ ਸਾਹਿਬ ਨੇ ਕਿਹਾ ਤਾਂ ਕਿ ਅਸੀਂ ਨਹੀਂ ਜਾਵਾਂਗੇ ਜੀ ਕੀ ਲੱਗਦਾ ਤੁਹਾਨੂੰ ਉੱਥੇ ਜੇ ਨਹੀਂ ਗਏ ਕਿਤੇ ਕਿਰਕਰੀਆਂ ਉਹ ਜੋ ਸ਼੍ਰੋਮਣੀ ਕਾਲੀ ਦਲ ਦੀ ਵੀ ਬਹਿਸ ਤੋਂ ਭੱਜ ਰਹੇ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਦੇਖੋ ਪੰਜਾਬ ਦੇ ਵਿੱਚ ਮੰਡੀਆਂ ਨਿਗਾ ਮਾਰ ਕੇ ਦੇਖੋ ਅੱਜ ਭਗਵੰਤ ਮਾਨ ਜਿਹੜਾ ਇੱਕ ਤਰੀਕ ਨੂੰ ਚੈਲੰਜ ਕਰ ਰਿਹਾ ਮੈਂ ਸਾਬਦਾ ਭਗਵੰਤ ਮਾਨ ਨੂੰ ਪੰਜਾਬ ਦੀਆਂ ਮੰਡੀਆਂ 'ਚ ਆਉਣਾ ਚਾਹੀਦਾ ਮੈਂ ਪੰਜਾਬ ਆਪਣੇ ਮਰੂ ਹਲਕੇ ਦੀਆਂ ਮੰਡੀਆਂ ਜਾ ਕੇ ਆਇਆ ਹੋਰ ਕੀ ਜਗ੍ਹਾ ਜਾ ਕੇ ਆਇਆ ਮੰਡੀਆਂ ਤਾਂ ਬੁਰਾ ਹਾਲ ਆ ਕਿ ਲਿ ਖਰੀਦ ਬੰਧ ਹੋਈ ਪਈ ਆ ਅੱਜ ਭਗਵਾਨ ਤਮਨ ਨੂੰ ਮੁੱਦੇ ਦਾ ਚਾਹੀਦਾ ਤਾਂ ਕੀ ਆ ਉਹਦਾ ਕੋਈ ਐਮਐਲਏ ਉਹਦੇ ਨਾਬੇ ਦਾ ਐਮਐਲਏ ਨੂੰ ਪਤਾ ਨਹੀਂ ਹੈ ਕੋਈ ਪੰਜਾਬ ਦਾ ਐਮਐਲਏ ਮੰਡੀਆਂ 'ਚ ਨਹੀਂ ਆ ਰਿਹਾ ਕੋਈ ਮੰਤਰੀ ਮੰਡੀਆਂ 'ਚ ਨਹੀਂ ਆ ਰਿਹਾ ਮੁੱਖ ਮੰਤਰੀ ਕਮੇਟੀ ਨਹੀਂ ਜਾ ਕੇ ਆਇਆ ਜਿਹੜਾ ਗੱਲ ਕਰਦਾ ਸੀ ਪੰਜਾਬ ਦੀ ਸਰਕਾਰ ਸੱਥਾਂ ਚੱਲੂਗੀ ਪੰਜਾਬ ਦੀ ਸਰਕਾਰ ਮੰਡੀਆਂ 'ਚੋਂ ਚੱਲੂਗੀ ਅੱਜ ਮੰਡੀਆਂ 'ਚ ਕੋਈ ਬਾਜ਼ ਨਹੀਂ ਰਿਹਾ ਖੰਨਾ ਸਭ ਤੁਹਾਡੀ ਪਾਰਟੀ ਤੇ ਪੂਰਾ ਇਲਜ਼ਾਮ ਲੱਗਣਾ ਕਿਉਂਕਿ ਉਹਨਾਂ ਨੇ ਲਾਉਣਾ ਫਿਰ ਵੀ ਉਹ ਤਾਂ ਆਏ ਨਹੀਂ ਹੈਗੇ ਜੀ ਉਹ ਤਾਂ ਭੱਜ ਗਏ ਜੀ ਗੱਲਬਾਤ ਉਹ ਤਾਂ ਬੇਸੇ ਡਰਾਮੇਬਾਜ਼ੀ ਕਰਦੇ ਨੇ ਵੀ ਕਦੇ ਕੋਠੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਵੀ ਜਦੋਂ ਅਸੀਂ ਬੁਲਾ ਲਿਆ ਉਦੋਂ ਕਿਉਂ ਨਹੀਂ ਆਏ ਉਦੋਂ ਆਉਣਾ ਚਾਹੀਦਾ ਜਦੋਂ ਕੋ ਡਿਬੇਟ ਦੀ ਗੱਲ ਤਾਂ ਹੈ ਆ ਲੋਕ ਰੋ ਡਿਬੇਟ ਕਰ ਰਹੇ ਨੇ ਇਹਦਾ ਭਗਵੰਤ ਮਾ ਡਿਬੇਟ ਕਰ ਰਹੇ ਹਨ ਪੰਜਾਬ ਦੇ ਲੋਕ ਰੋ ਡਿਬੇਟ ਕਰ ਰਹੇ ਨੇ 1000 ਰੁਪਏ ਨਹੀਂ ਮਿਲਿਆ ਸਭ ਤੋਂ ਗਰੰਟੀਸ਼ੂ ਮੰਡੀਆਂ ਦਾ ਇਸ਼ੂ ਈ ਹੈ ਉਹਦੇ ਲੋਕ ਰੋਜ਼ ਡਿਬੇਟ ਕਰ ਰਹੇ ਨੇ ਤੁਸੀਂ ਆ ਹੁਣ ਆਪਾਂ ਚੱਲਦੇ ਇਕੱਠੇ ਨਾ ਆਪਣੇ ਆਪਣੇ ਫਰਜ਼ਾਂ ਤੋਂ ਭੱਜਦੇ ਹੋਏ ਉਹ ਡਿਬੇਟ ਡਿਬੇਟ ਨੂੰ ਲੋਕਾਂ ਚਾਸਾ ਦੇ ਰਹੇ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਨਵੰਬਰ ਨੂੰ ਬਹਿਸ ਦਾ ਸੱਦਾ ਦਿੱਤਾ ਗਿਆ ਹੈ ਜਿੱਥੇ ਸਾਰੀਆਂ ਪਾਰਟੀਆਂ ਕਿਤੇ ਨਾ ਕਿਤੇ ਬੀਜੇਪੀ ਨੇ ਪਹਿਲਾਂ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਕਹਤਾ ਸੀ ਕਿ ਥੀਏਟਰ ਦੇ ਵਿੱਚ ਜਾਣ ਦਾ ਸਾਡਾ ਹੱਕ ਨਹੀਂ ਨਾ ਸੀ ਕਦੇ ਥੀਏਟਰ ਚ ਗਿਆ ਤੇ ਹੁਣ ਜਾਣਾ ਕਿ ਨਹੀਂ ਪਤਾ ਨਹੀਂ ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਆਇਆ ਚੰਦੂ ਮજરા ਸਾਹਿਬ ਨੇ ਬਿਆਨ ਦਿੱਤਾ ਕਿ ਅਸੀਂ ਨਹੀਂ ਜਾਵਾਂਗੇ ਅਸੀਂ ਐਸਵੀਆਲ ਨੂੰ ਜੋ ਕੇਂਦਰੀ ਇੱਕ ਟੀਮ ਆਉਣੀ ਆ ਉਹਦਾ ਕਰਾਓ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਕੀ ਸਕੀਮਾਂ ਕੀ ਪਲੈਨਿੰਗ ਆ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸਾਡੇ ਨਾਲ ਮੌਜੂਦ ਨੇ ਕਰਾਂਗੇ ਜੇਵਾਦ ਰਾਜੂ ਜੀ ਕਿਵੇਂ ਦੇਖਦੇ ਹੋ ਜਿਵੇਂ ਦਾ ਐਸਵੀਆਲ ਦਾ 1 ਨਵੰਬਰ ਨੂੰ ਬਹਿਸ ਦਾ ਸੱਦਾ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੰਦੂ ਮજરા ਸਾਹਿਬ ਨੇ ਕਹਿਤਾ ਕਿ ਅਸੀਂ ਨਹੀਂ ਜਾਵਾਂਗੇ ਜੀ ਕੀ ਲੱਗਦਾ ਤੁਹਾਨੂੰ ਉੱਥੇ ਜੇ ਨਹੀਂ ਗਏ ਕਿਤੇ ਕਿਰਕਰੀ ਨਾ ਹੋ ਜੇ ਸ਼੍ਰੋਮਣੀ ਕਾਲੀ ਦਲ ਦੀ ਵੀ ਬਹਿਸ ਤੋਂ ਭੱਜ ਰਹੇ ਨੇ ਦੇਖੋ ਗੱਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਅੱਜ ਪੰਜਾਬ ਨੂੰ ਦੇਖੋ ਪੰਜਾਬ ਨੂੰ ਚਲਾ ਕੌਣ ਰਿਹਾ ਅੱਜ ਪੰਜਾਬ ਨੂੰ ਚਲਾ ਰਿਹਾ ਕੇਜਰੀਆ ਪੰਜਾਬ ਨੂੰ ਚਲਾ ਰਿਹਾ ਭਗਵਾਨਤਮਾਨ ਇੱਕ ਉਹਦਾ ਹੱਥ ਠੋਕਾ ਬਣ ਕੇ ਪੰਜਾਬ ਦੇ ਹੱਕਾਂ ਦੇ ਉਲਟ ਜੋ ਕੇਂਦਰ ਸਰਕਾਰ ਦੋ ਕੇਜਰੀਆ ਕਹਿ ਰਹੀ ਹੈ ਦਿੱਲੀ ਸਰਕਾਰ ਕਹਿ ਰਹੀ ਆ ਉਹਦੇ ਅੰਦਾਜ਼ ਚੱਲ ਰਿਹਾ ਦੇਖੋ ਜਿੰਨੇ ਫੈਸਲੇ ਸਭ ਪੰਜਾਬ ਵਿਰੋਧੀ ਹੋ ਰਹੇ ਨੇ ਪਹਿਲਾ ਤੁਸੀਂ ਦੇਖੋ ਰਾਸਵ ਐਮਪੀ ਬਣਾਏ ਉਹ ਪੰਜਾਬ ਤੋਂ ਬਾਹਰ ਦੇ ਬਣਾਏ ਅੱਜ ਦਰਗੇਸ਼ ਪਾਟ ਜਿਹੜਾ ਪੰਜਾਬ ਦਾ ਐਮਪੀ ਬਣਿਆ ਉਹ ਪੰਜਾਬ ਦੇ ਮੁੱਦੇ ਦੇ ਉੱਪਰ ਹਰਿਆਣੇ ਦਾ ਪੱਖ ਪੂਰਦਾ ਨਜ਼ਰ ਆ ਰਿਹਾ ਤੁਹਾਨੂੰ ਕੀ ਇਹ ਪੰਜਾਬ ਵਾਸਤੇ ਜਾਇਜ ਆ ਸੋ ਇਸ ਕਰਕੇ ਭਗਵਾਨ ਦਾ ਪੰਜਾਬ ਚ ਹੋ ਗੀ ਰਿਹਾ ਪੰਜਾਬ ਚ ਲਾਅ ਐਂਡ ਆਰਡਰ ਦੀ ਪਿੱਛੇ ਖਤਮ ਹੋ ਗਈ ਹੈ ਗੁੰਡਾਗਰਦੀ ਗੈਂਸਟਰਾਂ ਦਾ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਤੋਂ ਬਾਅਦ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੇ ਇਸ਼ੂ ਮੁੱਦਿਆਂ ਤੇ ਇਹ ਗੱਲ ਕਰ ਰਹੇ ਸੀ ਵੀ ਅਸੀਂ ਇਹ ਵੀਆਪੀ ਕਲਚਰ ਖਤਮ ਕਰਾਂਗੇ ਅੱਜ ਵੀਆਪੀ ਕਲਚਰ ਦੇਖ ਲਓ ਕਿੰਨਾ ਵੱਧ ਗਿਆ ਕਿੰਨਾ ਹੋ ਕੁਝ ਹੋ ਗਿਆ ਸਰ ਆਮ ਆਦਮੀ ਪਾਰਟੀ ਦੀ ਆਗੂ ਐਮਐਲਏ ਮੰਤਰੀ ਇੱਥੋਂ ਦਾ ਕਹਿ ਰਹੇ ਨੇ ਕਿ ਮੁੱਦਾ ਨਹੀਂ ਲੱਭਦਾ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਇਹੋ ਜਿਹੇ ਮੁੱਦੇ ਅੱਗੇ ਕਰ ਦਿੰਦੀ ਆ ਹੋਰ ਕੋਈ ਮੁੱਦੇ ਵਾਲੀ ਗੱਲ ਨਹੀਂ ਜੀ ਤੁਸੀਂ ਵੀ ਪੰਜਾਬ 'ਚ ਰਹਿ ਰਹੇ ਹੋ ਦੇਖੋ ਪੰਜਾਬ 'ਚ ਕਰਪਸ਼ਨ ਦੀ ਗੱਲ ਕਰਦੇ ਸੀ ਅੱਜ ਕਿੰਨੇ ਗੁਣਾ ਵੱਧ ਕਰਪਸ਼ਨ ਹੋ ਗਈ ਪੰਜਾਬ 'ਚ ਰੇਤੇ ਬਜਰੀ ਦੀ ਗੱਲ ਕਰਦੇ ਕਿੱਥੇ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਅੱਜ ਪੰਜਾਬ ਦੇ ਵਿੱਚ ਜੋ ਪੰਜਾਬ ਖੇਤੀ ਪ੍ਰਧਾਨ ਸੂਬਾ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਦੇਖੋ ਤੁਸੀਂ ਪੰਜਾਬ ਦੇ ਵਿੱਚ ਮੰਡੀਆਂ ਨਿਗਾ ਮਾਰ ਕੇ ਦੇਖੋ ਅੱਜ ਭਗਵਾਨਤਮਨ ਜਿਹੜਾ ਇੱਕ ਤਰੀਕ ਨੂੰ ਚੈਲੰਜ ਕਰ ਰਿਹਾ ਮੈਂ ਸਾਬਦਾ ਭਗਵਾਨਤਮਨ ਨੂੰ ਪੰਜਾਬ ਦੀਆਂ ਮੰਡੀਆਂ ਚ ਆਉਣਾ ਚਾਹੀਦਾ ਮੈਂ ਪੰਜਾਬ ਆਪਣੇ ਮਰੋ ਹਲਕੇ ਦੇ ਵਿੱਚ ਮੰਡੀਆਂ ਜਾ ਕੇ ਆਇਆ ਹੋਰ ਕੀ ਜਗ੍ਹਾ ਜਾ ਕੇ ਆਇਆ ਮੰਡੀਆਂ ਤਾਂ ਬੁਰਾ ਹਾਲ ਆ ਕਿ ਖਰੀਦ ਬੰਦ ਹੋਈ ਪਈ ਆ ਲਿਫਟਿੰਗ ਬੰਦ ਹੋਈ ਪਈ ਆ ਤੇ ਜਿਹੜੇ ਮੀਂਹ ਪਿੱਛੇ ਪਾਏ ਨੇ ਜੀ ਕਿਸਾਨਾਂ ਦਾ ਜੀਰੀ ਦੀ ਫਸਲ ਜੀਰੀ ਪਾਣੀ ਕੱਡ ਡੁੱਬ ਗਈ ਪਾਣੀ ਲੱਗਿਆ ਤੇ ਜਿਹੜੀ ਫਸਲ ਪਾਣੀ ਚ ਭਿੱਜ ਗਈ ਉਹਨੂੰ ਨਾ ਕਿਸੇ ਆਰਤੀਆਂ ਲੈਣਾ ਨਾ ਸ਼ੈਲਰਾਂ ਲੈਣਾ ਤੇ ਹਾਲਾਤ ਕੀ ਆ ਵੱਡੇ ਵੱਡੇ ਇਮਾਰਤ ਲੱਗੇ ਪਏ ਨੇ ਲਿਫਟਿੰਗ ਆਉਣ ਕਰਕੇ ਤੁਸੀਂ ਬੋਰੀ ਹਟੋ ਖਿੱਚ ਕੇ ਦੇਖੋ ਬੋਰੀ ਦੁਆਰਾ ਜੀਰੀ ਨਸਰ ਕੀ ਪੁੰਗਰੀ ਪਈ ਆ ਅੱਜ ਭਗਵਾਨ ਤਮਨ ਨੂੰ ਮੁੱਦੇ ਦਾ ਚਾਹੀਦਾ ਤਾਂ ਕੀ ਆ ਉਹਦਾ ਕੋਈ ਐਮਐਲਏ ਤੁਹਾਡੇ ਨਾਬੇ ਦਾ ਐਮਐਲਏ ਮੈਨੂੰ ਪਤਾ ਨਹੀਂ ਹੈ ਕੋਈ ਪੰਜਾਬ ਦਾ ਐਮਐਲਏ ਮੰਡੀਆਂ 'ਚ ਨਹੀਂ ਆ ਰਿਹਾ ਕੋਈ ਮੰਤਰੀ ਮੰਡੀਆਂ 'ਚ ਨਹੀਂ ਆ ਰਿਹਾ ਮੁੱਖ ਮੰਤਰੀ ਕਮੇਟੀ ਨਹੀਂ ਜਾ ਕੇ ਆਇਆ ਜਿਹੜਾ ਗੱਲ ਕਰਦਾ ਸੀ ਪੰਜਾਬ ਦੀ ਸਰਕਾਰ ਸੱਥਾਂ ਚੱਲੂਗੀ ਪੰਜਾਬ ਦੀ ਸਰਕਾਰ ਮੰਡੀਆਂ ਚੋਂ ਚੱਲੂਗੀ ਅੱਜ ਮੰਡੀਆਂ 'ਚ ਕੋਈ ਬਾੜ ਨਹੀਂ ਰਹੀ ਪਰ ਖੰਨਾ ਸਭ ਕਹਿ ਰਹੇ ਨੇ ਕਹਿ ਰਹੇ ਨੇ ਕਿ ਪੇਮੈਂਟ ਪਾ ਪੰਜਾਬ ਸਰਕਾਰ ਨੇ ਕਰਨੀ ਆ ਉਹ 24 ਘੰਟੇ ਦੇ ਵਿੱਚ ਵਿੱਚ ਹੋ ਰਹੀ ਵੀ ਸਾਡੇ ਕੰਮ ਪੂਰੇ ਹੋ ਰਹੇ ਨੇ ਉਹ ਕੇਂਦਰ ਦਾ ਚੱਕਰ ਆ ਜਿਹੜਾ ਕੇਂਦਰ ਨਾਲ ਦੇਖੋ ਆਪਾਂ ਵਕੀਲ ਕਰਦੇ ਆ ਹਮੇਸ਼ਾ ਚੰਗਾ ਵਕੀਲ ਕਰਦੇ ਆ ਲੋਕਾਂ ਨੇ ਫਤਵਾ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਸਾਡੀ ਨਹੀਂ ਬਣੀ ਅਸੀਂ ਲੋਕਾਂ ਦਾ ਫਤਵਾ ਨੂੰ ਖਿੜੇ ਮੱਤੇ ਪ੍ਰਮਾਣ ਕੀਤਾ ਤੇ ਤੁਸੀਂ ਦੇਖੋ ਅੱਜ ਵਕੀਲ ਭਗਵੰਤ ਮਾਨਾ ਪੰਜਾਬ ਦਾ ਮੁੱਖ ਮੰਤਰੀਆ ਕੇਂਦਰ ਨਾਲ ਜੋ ਰੋਲ ਪੈ ਰੇ ਨਿਯਮਾ ਤਾਂ ਪੈ ਰਿਆ ਕੋਈ ਭਗਵੰਤ ਮਾਨ ਦਾ ਬਿਆਨ ਦਿਖਾ ਦੋ ਤੁਸੀਂ ਪੰਜਾਬ ਦੀ ਕਿਸੇ ਮੰਡੀ ਗੀੜਾ ਲਾ ਦੋ ਜਿਹੜੀ ਫਸਲ ਮੰਡੀ ਚ ਆ ਗਈ ਦਾਲਾ ਖੁੱਲਰ ਨੂੰ ਪੇਮੈਂਟ ਮਿਲਦਾ ਗੱਲ ਕਰਦੇ ਸੀ ਉਹ ਕਿੱਥੇ ਗਿਆ ਉਹ ਤੇ ਪ੍ਰਬੰਧ ਕੀਤੇ ਕਰਨੇ ਸੀਗੇ ਪ੍ਰਬੰਧ ਕਰਨੇ ਸੀ ਪੰਜਾਬ ਸਰਕਾਰ ਨੇ ਜੇ ਸੈਂਟਰ ਸਰਕਾਰ ਨਹੀਂ ਪੰਜਾਬ ਨਾਲ ਅਣਦੇਖੀ ਕਰ ਰਹੀ ਆ ਤਾਂ ਮੰਡੀਆਂ ਤੋਂ ਫਸਲ ਚੱਕ ਕੇ ਵੇਰ ਹੁਸਤ ਰੱਖਣੀ ਚਾਹੀਦੀਆਂ ਮੰਡੀ ਕਿਤੇ ਇਹਦਾ ਪੰਜਾਬ ਸਰਕਾਰ ਦਾ ਕੰਮ ਆ ਬਾਰ ਦਾ ਨਾ ਮੰਡੀਆਂ ਚਾਹ ਰਹੇ ਆ ਬੋਲੀ ਬੰਦ ਹੋ ਗਈ ਆ ਲੋਕਾਂ ਨੂੰ ਪੇਮੈਂਟਾਂ ਨਹੀਂ ਮਿਲ ਰਹੀਆਂ ਜਿਹੜੀ ਫਸਲ ਲੋਕਾਂ ਨੇ ਭੇਜ ਗਈ ਉਹਦਾ ਕੀ ਕਰਿਆ ਜਾਊਗਾ ਵਪਾਰੀਆਂ ਦਾ ਬੁਰਾ ਹਾਲ ਆ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਆ ਸੋ ਇਹ ਭਗਵੰਤ ਮਾਨਿਕ ਆਪ ਨਰੰਕੀ ਬਾਜਾ ਡਰਾਮੇ ਕਰਦਾ ਰਿਹਾ ਲੋਕਾਂ ਦਾ ਮੁਰੀਜ ਐਸਵਾਈ ਨਹਿਰ ਦੇ ਸਰਵੇ ਕਰਨ ਵਾਸਤੇ ਟੀਮ ਆ ਰਹੀ ਆ ਤੁਸੀਂ ਦੇਖੋ ਐਸਓਏ ਦੇ ਮੁੱਦੇ ਤੇ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਸਰਕਾਰ ਨੇ ਕੀ ਲਿਖਿਆ ਭਗਵੰਤ ਸਰਕਾਰ ਨੇ ਕਿ ਅਸੀਂ ਤਿਆਰ ਆ ਤੇ ਸਾਨੂੰ ਵਿਰੋਧੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਨੂੰ ਕੰਮ ਕਰਨ ਦੇ ਦੀਆਂ ਤੇ ਇੱਕ ਤਰੀਕ ਨੂੰ ਡਿਬੇਟ ਰੱਖੀ ਆ ਚਾਹੀਦਾ ਤਾਂ ਇਹ ਸੀ ਭਗਵੰਤ ਮਾਨ ਨੂੰ ਡਾਂਗ ਲੈ ਕੇ ਮੁੱਖ ਮੰਤਰੀ ਵਕੀਲ ਕਪੂਰੀ ਆ ਕੇ ਖੜਦਾ ਬਾਰਡਰ ਤੇ ਖੜਦਾ ਜਿਹੜੀ ਸਰਵੇਅਲ ਟੀਮ ਆ ਰਹੀ ਨੂੰ ਪਹੁੰਚਾਉਂਦਾ ਉਥੋਂ ਉਹਦਾ ਵਿਰੋਧ ਕਰਦੇ ਤੇ ਬੈਠ ਕੇ ਜਾ ਕੇ ਪੀਓ ਜੂ ਬਾਣਾ ਪਾੜ ਲਿਆ ਤੇ ਅਸੀਂ ਜੇ ਨਹੀਂ ਜਾਵਾਂਗੇ ਉੱਥੇ ਜੇ ਸਰਵੇ ਸ਼ੁਰੂ ਹੋ ਗਿਆ ਤਾਂ ਪੰਜਾਬ ਦਾ ਪਾਣੀਆਂ ਦਾ ਬੁਰਾ ਹਾਲ ਹੋ ਜਾਣਾ ਪਾਣੀ ਪਹਿਲਾਂ ਹੀ ਪੰਜਾਬ ਦੇ ਹੱਕ ਚ ਪਾਣੀ ਥੋੜਾ ਪੰਜਾਬ ਕੋਲੇ ਸੋ ਇਸ ਕਰਕੇ ਜਿੱਥੇ ਇਹ ਆਪਣੀ ਨਿਲੈਕੀ ਲਗਾਉਣ ਵਾਸਤੇ ਇਹ ਜਿਹੇ ਡਰਾਮੇ ਕਰ ਰਹੇ ਨੇ ਅਸੀਂ ਜਾਵਾਂਗੇ ਐਸਪੀਐਲ ਦੇ ਜਿੱਥੇ ਕਿਤੇ ਕੋਈ ਸਰਵੇ ਕਰਨ ਲਈ ਟੀਮ ਆਉਗੀ ਅਸੀਂ ਮੰਡੀਆਂ ਚ ਜਾ ਰਹੇ ਹਾਂ ਸੋ ਇਸ ਕਰਕੇ ਮੈਂ ਸਮਝਦਾ ਡਿਬੇਟਾਂ ਤਾਂ ਫਿਰ ਵੀ ਹੋ ਜਾਣਗੀਆਂ ਰਾਜਨੀਤਿਕ ਡਿਬੇਟਾਂ ਹੁਣ ਤਾਂ ਡਿਬੇਟੇ ਕਰਦੇ ਆ ਆਪਾਂ ਪਰ ਖੰਨਾ ਸਰਬ ਤੁਹਾਡੀ ਪਾਰਟੀ ਤੇ ਪੂਰਾ ਇਲਜ਼ਾਮ ਲੱਗਣਾ ਕਿਉਂਕਿ ਉਹਨਾਂ ਨੇ ਲਾਉਣਾ ਫਿਰ ਵੀ ਉਹ ਤਾਂ ਆਏ ਨਹੀਂ ਹੈਗੇ ਜੀ ਉਹ ਤਾਂ ਭੱਜ ਗਏ ਜੀ ਗੱਲਬਾਤ ਉਹ ਤਾਂ ਬੇਸੇ ਡਰਾਮੇਬਾਜ਼ੀ ਕਰਦੇ ਨੇ ਵੀ ਕਦੇ ਕੋਠੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਵੀ ਜਦੋਂ ਅਸੀਂ ਬੁਲਾ ਲਿਆ ਉਦੋਂ ਕਿਉਂ ਨਹੀਂ ਆਏ ਉਦੋਂ ਆਉਣਾ ਚਾਹੀਦਾ ਜਦੋਂ ਕੋ ਡਿਬੇਟ ਦੀ ਗੱਲ ਤਾਂ ਹੈ ਆ ਲੋਕ ਰੋਜ਼ ਡਿਬੇਟ ਕਰ ਰਹੇ ਨੇ ਇਹਦਾ ਭਗਵੰਤ ਮਾ ਡਿਬੇਟ ਕਰ ਰਹੇ ਹਨ ਪੰਜਾਬ ਦੇ ਲੋਕ ਰੋਜ਼ ਡਿਬੇਟ ਕਰ ਰਹੇ ਨੇ 1000 ਰੁਪਏ ਨਹੀਂ ਮਿਲਿਆ ਸਭ ਤੋਂ ਗ ਲੋਕਾਂ ਦਾ ਕਿਸਾਨਾਂ ਦਾ ਕਿਦਾਂ ਬੁਰਾ ਹਾਲ ਫੌਜਲਾ ਕਿੰਨਾ ਬੁਰਾ ਹਾਲ ਇੱਥੇ ਇਕ ਡਿਬੇਟ ਕਰਨ ਲਾਗੇ ਆਪਣੇ ਆਪਣੇ ਫਰਜ਼ਾਂ ਤੋਂ ਭੱਜਦੇ ਹੋਏ ਉਹ ਡਿਬੇਟ ਡਿਬੇਟ ਨੂੰ ਲੋਕਾਂ ਚਾਸਾ ਦੇ ਰਹੇ ਨੇ ਅੱਜ ਕਿਹੜੀ ਮੰਡੀ ਪੰਜਾਬ ਚ ਭਗਵੰਤ ਬਣ ਗਿਆ ਕਿੱਥੇ ਦੇਵਮਾਨ ਕਿਹੜੀ ਮੰਡੀ ਦੀ ਗਿਆ ਸਾਡਾ ਐਮ ਐਲ ਏ ਗੈਰੀਬ ਨੇ ਕਿਹੜੀ ਮੰਡੀ ਦੀ ਗਿਆ ਪਟਿਆਲੇ ਨੂੰ ਦੱਸੋ ਕਿ ਐਮ ਐਲ ਏ ਕਿਹੜੇ ਮੰਡੀ ਜਾ ਕੇ ਆਏ ਨੇ ਕਿਤੇ ਕੋਈ ਸੁਣਿਆ ਕਦੇ ਇਹਨਾਂ ਮੰਨਾਂ ਦਾ ਐਮ ਐਲ ਏ ਡਿਬੇਟ ਕਰਦਾ ਸਾਰੇ ਮੇਰੇ ਨੇ ਸ਼ੁਰੂਆਤ ਤੋਂ ਕਰਾਈਆ ਜੀ ਜਾ ਕੇ 90 ਤੋਂ ਹਲਕਾ ਨਾਬਾ ਦੇ ਐਮ ਐਲ ਗਏ ਸੀ ਸਿਰਫ ਫੋਟੋ ਖਿਚਾਉਣ ਖਾਤਰ ਫੋਟੋ ਦੀ ਰਾਜਨੀਤੀ ਕਰਕੇ ਖਰੀ ਸ਼ੁਰੂ ਕਰਾਤੀ ਤੇ ਅੱਜ ਮੰਡੀਆਂ ਦਾ ਹੋਉ ਕੀ ਰਿਹਾ ਸਰਕਾਰ ਦਾ ਫਰਜ਼ ਮੰਨਦਾ ਮੰਡੀਆਂ ਨੂੰ ਕਲੀਅਰ ਕਰਨਾ ਵਾਰਦਾਨੇ ਪ੍ਰਬੰਧ ਕਰਨਾ ਸੋ ਇਸ ਕਰਕੇ ਅਸੀਂ ਡਿਬੇਟ ਸੱਥਾਂ ਚ ਕਰਨਾ ਚਾਹੁੰਦੇ ਆ ਡਿਬੇਟ ਐਸਵੀਏ ਦੇ ਮੁੱਦੇ ਤੇ ਕਰਨਾ ਚਾਹੁੰਦੇ ਆ ਹੁਣ ਉਥੇ ਜਿੱਥੇ ਸਰਵੇ ਟੀਮ ਆਊਗੀ ਉਥੇ ਡਿਬੇਟ ਕਰੇ ਭਗਵੰਤ ਮਾਨ ਠੀਕ ਹੈ ਤੁਸੀਂ ਸਰਵੇ ਸਰਵੇ ਟੀਮ ਦਾ ਪੂਰਾ ਵਿਰੋਧ ਕਰਨਾ ਕਰਕੇ ਵਿਰੋਧ ਕਰਾਂਗੇ ਪੰਜਾਬ ਦਾ ਇੱਕ ਇੱਕ ਤੁਪਕਾ ਪਾਣੀ ਦਾ ਪਹਿਲਾਂ ਜਾਣਦਾ ਨਾ ਹੁਣ ਜਾਣ ਦਵਾਂਗੇ ਤੁਸੀਂ ਦੇਖੋ ਜਦੋਂ ਕਾਲੀ ਵਾਲ ਦੀ ਸਰਕਾਰ ਸੀ ਸਾਬ ਪ੍ਰਕਾਸ਼ ਸਿੰਘ ਵਾਲ ਮੁੱਖ ਮੰਤਰੀ ਸੀ ਜਿਹੜੀ ਐਸਵੀਏ ਨੇ ਇਹਦਾ ਮੁੱਦਾ ਹੀ ਖਤਮ ਕਰਤਾ ਸਰਕਾਰ ਕੇਂਦਰ ਸਰਕਾਰ ਦੇ ਉਲਟ ਚਾਹੇ ਸਾਡੀ ਬੀਜੇਪੀ ਚ ਭਾਈ ਵਾਲੀ ਸਾਡੀ ਸੀਗੀ ਪਰ ਕੇਂਦਰ ਸਰਕਾਰ ਦੇ ਉਲਟ ਪੰਜਾਬ ਸ਼੍ਰੋਮਣੀ ਕਾਲੀਗਰ ਜਾ ਕੇ ਉਹਨਾਂ ਨਹਿਰ ਪੂਰਤੀ ਤੇ ਉਹ ਕਿਸਾਨਾਂ ਦੀਆਂ ਜਿਨ੍ਹਾਂ ਦੀ ਜ਼ਮੀਨਾਂ ਤੋਂ ਨਹਿਰ ਲੰਘ ਰਹੀ ਸੀ ਉਹ ਫਰਦਾ ਉਹਨਾਂ ਦੀ ਸਾਰਾ ਦੁਬਾਰਾ ਮਾਲਕੀ ਉਹਨਾਂ ਨੂੰ ਸ਼ੁਰੂ ਕਰਤੀ ਤੇ ਮੁੱਦਾ ਹੀ ਖਤਮ ਕਰਤਾ ਸੁਸੀਂ ਪਹਿਲਾਂ ਵੀ ਪੰਜਾਬ ਦੇ ਮੁੱਦਿਆਂ ਨਾਲ ਸੀ ਅੱਜ ਵੀ ਪੰਜਾਬ ਦੇ ਮੁੱਦਿਆਂ ਨਾਲ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਿਨ੍ਹਾਂ ਦਾ ਕਹਿਣਾ ਕਿ ਡਿਬੇਟ ਦੀ ਗੱਲ ਤਾਂ ਕਰਦੇ ਨੇ ਪਰ ਦੂਜੇ ਪਾਸੇ ਮੰਡੀਆਂ 'ਚ ਝੋਨਾ ਰੋਲ ਰਿਹਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਵਕੀਲ ਬਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਝੋਨਾ ਚਕਾਉਣਾ ਦੀ ਅਹਿਮ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਸੀ ਡਿਬੇਟ ਤਾਂ ਫੇਰ ਵੀ ਹੋ ਜੂਗੀ ਡਿਬੋਟ ਕਰਨ ਨੂੰ ਅਕਾਲੀ ਦਲ ਤਿਆਰ ਆ ਕੈਮਰਾਮੈਨ ਸੁਖਵੀਰ ਥੂਈ ਨਾਲ ਅਮਨਦੀਪ ਸਿੰਘ ਮੱਜਾ ਪੰਜਾਬੀ ਲੋਕ ਚੈਨਲ